ਸਾਨੂੰ ਪਿਆਰ ਕਰ ਜੋ ਅੱਲਾ ਤੁਹਾਨੂੰ ਪਿਆਰ ਕਰੇ ਅੱਲਾ ਤੁਹਾਡੀ ਸਾਰੇ ਦੀ ਖੈਰ ਹੋਵੇ ਅਸਲਾਮੁ ਅਲੈਕਮ ਕੀ ਹਾਲ ਹੈ ਜੀ ਤੁਹਾਡਾ ਠੀਕ ਹੋ ਉਮੀਦ ਹੈ ਠੀਕ ਹੀ ਹੋਣੇ ਆ ਤਾਂ ਮੈਂ ਵੀ ਠੀਕ ਹਾਂ ਤੇ ਅੱਜ ਮੈਂ ਤੁਹਾਡੇ ਲਈ ਇਹੋ ਜੀ ਜਾਣਕਾਰੀ ਲੈ ਕੇ ਆਇਆ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਅੱਜ ਦੀ ਜਾਣਕਾਰੀ ਹੈ ਸੁਲਤਾਨ ਰਾਈ ਸਾਹਿਬ ਦੇ ਬਾਰੇ ਚ ਸੁਲਤਾਨ ਰਾਈ ਸਾਹਿਬ ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਏ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ ਉਹਨਾਂ ਨੇ ਉਸ ਦੌਰ ਦੇ ਵਿੱਚ ਇਹੋ ਜਿਹੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਕਿ ਜਿਸ ਦੌਰ 'ਚ ਉਹ ਇਹ ਛੋਟੇ ਮੋਟੇ ਰੋਲ ਕਰਦੇ ਸੀ ਜਦੋਂ ਪਤਾ ਹੀ ਨਹੀਂ ਸੀ ਕਿਸੇ ਨੂੰ ਕਿ ਇਹ ਬੰਦਾ ਹੀਰੋ ਬਣੇਗਾ ਆਉਣ ਵਾਲੇ ਟਾਈਮ 'ਚ ਅਤੇ ਅੱਜ ਉਹਨਾਂ ਦੀਆਂ ਉਹ ਫਿਲਮਾਂ ਦੇ ਬਾਰੇ 'ਚ ਗੱਲ ਕਰਾਂਗੇ ਜਿਹੜੀਆਂ ਉਹਨਾਂ ਨੇ ਬਾਪ ਦੇ ਕਿਰਦਾਰ ਦੇ ਵਿੱਚ ਕੀਤੀਆਂ ਜਦੋਂ ਉਹਨਾਂ ਦੀ ਕੈਰੀਅਰ ਦੀ ਸ਼ੁਰੂਆਤ ਸੀਗੀ ਉਦੋਂ ਇਹ ਫਿਲਮਾਂ ਉਹਨਾਂ ਨੇ ਕੀਤੀਆਂ ਬਾਪ ਦੇ ਕਿਰਦਾਰ 'ਚ ਅਤੇ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਦਾ ਆਈਕਨ ਦਬਾ ਦਿਓ ਅੱਛਾ ਜੀ 1968 ਦਾ ਟਾਈਮ ਆ ਅਤੇ ਸੁਲਤਾਨ ਰਾਈ ਸਾਹਿਬ ਦੀ ਪਹਿਲੀ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਬਾਪ ਦਾ ਕਿਰਦਾਰ ਅਦਾ ਕੀਤਾ ਚੰਨ ਜੀ ਚੰਨ ਜੀ ਵੀਡੀਓ ਜਿਹੜੀ ਬਹੁਤ ਹੀ ਲਾਜਵਾਬ ਆ ਇਹਦੇ ਵਿੱਚ ਸੁਲਤਾਨ ਰਾਈ ਸਾਹਿਬ ਵਾਲਦ ਦਾ ਕਿਰਦਾਰ ਅਦਾ ਕਰ ਰਹੇ ਆ ਇਸ ਫਿਲਮ ਦੇ ਵਿੱਚ ਹੀਰੋ ਜਿਹੜੇ ਉਹ ਅਸਲ ਬੁਖਾਰੀ ਸਾਹਿਬ ਆ ਜਿਹੜੇ ਕਿ ਬਾਅਦ ਦੇ ਵਿੱਚ ਵਿਲਨ ਵੀ ਬਣੇ ਅਤੇ ਉਹ ਫਿਲਮਾਂ ਦੇ ਡਾਇਰੈਕਟਰ ਵੀ ਬਣੇ ਬਹੁਤ ਹੀ ਆਲੀਸ਼ਾਨ ਵਿਲਨ ਦੇ ਕਿਰਦਾਰ ਅਦਾ ਕਰਦੇ ਰਹੇ ਲੇਕਿਨ ਇਸ ਫਿਲਮ ਦੇ ਵਿੱਚ ਉਹ ਹੀਰੋ ਸੀਗੇ ਬਲੈਕ ਐਂਡ ਵਾਈਟ ਮੂਵੀ ਆ ਅਤੇ ਬਹੁਤ ਹੀ ਲਾਜਵਾਬ ਅਤੇ ਬਹੁਤ ਹੀ ਸਬਕ ਅਮੋਜ਼ ਮੂਵੀ ਹੈ ਇਸ ਮੂਵੀ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਵੇਖਣਾ ਅਤੇ ਤੁਹਾਨੂੰ ਨਾ ਚਸ ਆ ਜਾਏਗੀ ਕਿ ਸੁਲਤਾਨ ਰਾਈ ਸਾਹਿਬ ਨੇ ਕੀ ਕੰਮ ਕਰਤਾ ਇਹਦੇ ਵਿੱਚ ਇਸੇ ਤਰ੍ਹਾਂ ਸੁਲਤਾਨ ਰਾਈ ਸਾਹਿਬ ਦੀ ਦੂਸਰੀ ਫਿਲਮ ਆਈ 1971 'ਚ ਚਾਨਣ ਅੱਖਾਂ ਦਾ ਇਸ ਫਿਲਮ ਦੇ ਵਿੱਚ ਵੀ ਸੁਲਤਾਨ ਰਾਈ ਸਾਹਿਬ ਨੇ ਵਾਲਦ ਦਾ ਕਿਰਦਾਰ ਅਦਾ ਕੀਤਾ ਜਿਹੜੀ ਕਾਸਟ ਸੀ ਉਹਦੇ ਵਿੱਚ ਯੂਸਫ ਖਾਨ ਜ਼ਮੋਰਦ ਇਕਬਾਲ ਹਸਨ ਸੁਲਤਾਨ ਰਾਈ ਸਾਹਿਬ ਨੇ ਇਕਬਾਲ ਹਸਨ ਦੇ ਬਾਪ ਦਾ ਕਿਰਦਾਰ ਅਦਾ ਕੀਤਾ ਔਰ ਇਹ ਵੀ ਫਿਲਮ ਬਲੈਕ ਐਂਡ ਵਾਈਟ ਆ ਅਗਰ ਤੁਸੀਂ ਵੇਖਣੀ ਹੋਵੇ ਤਾਂ ਯੂਟਿਊਬ 'ਤੇ ਜਾ ਕੇ ਸਰਚ ਕਰੋ ਯੂਟਿਊਬ 'ਤੇ ਮੂਵੀ ਪਈ ਹੈ ਬਹੁਤ ਹੀ ਲਾਜਵਾਬ ਮੂਵੀ ਆ ਅਤੇ ਵੇਖਣ ਦੀ ਚਸ ਆ ਜਾਏਗੀ ਇਹ ਬਲੈਕ ਐਂਡ ਵਾਈਟ ਮੂਵੀਆਂ ਜਦੋਂ ਸੁਲਤਾਨ ਰਾਈ ਸਾਹਿਬ ਨੂੰ ਕੋਈ ਇੰਨਾ ਜਾਣਦਾ ਹੀ ਨਹੀਂ ਸੀ ਕਿ ਕੌਣ ਆ ਬੰਦਾ ਅਤੇ ਉਸ ਟਾਈਮ 'ਚ ਉਹਨਾਂ ਨੇ ਇਹੋ ਜਿਹਾ ਆਲੀਸ਼ਾਨ ਕਿਰਦਾਰ ਨਿਭਾਏ ਆ ਨਾ ਕਿ ਰਿਕਾਰਡਿੰਗ ਵਾਲਾ ਜਿਹੜਾ ਨਾ ਉਹ ਹੈਰਾਨ ਰਹਿ ਜਾਂਦਾ ਸੀਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇੰਨੇ ਜ਼ਬਰਦਸਤ ਕਿਰਦਾਰ ਇੱਕ ਨਵਾਂ ਬੰਦਾ ਕਰੀ ਜਾ ਰਿਹਾ ਮੈਨੂੰ ਆਪਣੇ ਪਿਓ ਬਰਾਬਰ ਸਮਝਣਾ ਪੁੱਤਰਾ ਅਤੇ ਫਿਰ ਮੇਰੀ ਇੱਕ ਨਸੀਹਤ ਯਾਦ ਰੱਖੀ ਕਦੇ ਵੀ ਕਿਸੇ ਦੀ ਧੀ ਭੈਣ ਨੂੰ ਨਹੀਂ ਛੇੜਨਾ ਅੱਛਾ ਇਸ ਤੋਂ ਬਾਅਦ ਦੂਸਰੀ ਜਿਹੜੀ ਮੂਵੀ ਸੀ ਸੁਲਤਾਨ ਰਾਈ ਸਾਹਿਬ ਦੀ ਉਹ 1972 'ਚ ਆਈ ਹੀਰਾ ਹੀਰਾ ਮੂਵੀ ਦੇ ਵਿੱਚ ਵੀ ਸੁਲਤਾਨ ਰਾਈ ਸਾਹਿਬ ਜਿਹੜੇ ਨਾ ਉਹ ਇਕਬਾਲ ਹਸਨ ਦੇ ਬਾਪ ਦਾ ਕਿਰਦਾਰ ਅਦਾ ਕਰ ਰਹੇ ਆ ਅਤੇ ਅੱਗੇ ਚੱਲ ਕੇ ਤੁਸੀਂ ਵੇਖੋ ਕਿ ਸ਼ੇਰਾ ਫਿਲਮ ਆਈ ਆ ਸ਼ੇਰਾ ਫਿਲਮ ਦੇ ਵਿੱਚ ਸੁਲਤਾਨ ਰਾਈ ਹੀਰੋ ਨੇ ਅਤੇ ਯੂਸਫ ਇਕਬਾਲ ਹਸਨ ਜਿਹੜੇ ਨਾ ਉਹ ਉਹਨਾਂ ਦੇ ਬਾਪ ਦਾ ਕਿਰਦਾਰ ਅਦਾ ਕਰ ਰਹੇ ਆ ਦੇਖੋ ਤਕਦੀਰ ਕੈਸਾ ਪਲਟਾ ਮਾਰਦੀ ਆ ਕਿ ਜਿਹੜਾ ਉੱਪਰ ਸੀਗਾ ਉਹ ਥੱਲੇ ਆ ਗਿਆ ਥੱਲੇ ਵਾਲਾ ਉੱਪਰ ਚਲਾ ਗਿਆ ਮਤਲਬ ਕਿੱਥੇ ਸੁਲਤਾਨ ਰਾਈ ਸਾਹਿਬ ਬਾਪ ਦਾ ਕਿਰਦਾਰ ਅਦਾ ਕਰ ਰਹੇ ਸੀਗੇ ਅਤੇ ਆਉਣ ਵਾਲੇ ਵਕਤ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਐਕਟਿੰਗ ਸੀ ਉਹਦੇ ਨਾਲ ਇਹੋ ਜਿਹਾ ਇਹ ਕਹਿ ਲਓ ਕਿ ਆਪਣਾ ਲੋਹਾ ਮਨਵਾਇਆ ਕਿ ਉਹ ਸਾਰਿਆਂ ਨੂੰ ਪਿੱਛੇ ਛੱਡ ਗਏ ਅਤੇ ਸਭ ਤੋਂ ਅੱਗੇ ਨਿਕਲ ਗਏ ਇਹ ਫਿਲਮ ਵੀ ਬੜੀ ਲਾਜਵਾਬ ਆ ਤੁਸੀਂ ਇੱਕ ਵਾਰੀ ਇਹਨੂੰ ਵੀ ਜ਼ਰੂਰ ਨਜ਼ਰ ਮਾਰਨੀ ਆ ਇਹ ਵੀ ਤੁਹਾਨੂੰ ਯੂਟਿਊਬ 'ਤੇ ਮਿਲ ਜਾਏਗੀ ਮੈਂ ਉਹ ਕੋਈ ਬਹਾਨਾ ਬਣਾ ਲੈ ਇਸ ਲਈ ਕਿ ਸ਼ਹਿਰਾਂ ਵਿੱਚ ਰਾਤ ਨੂੰ ਦੇਰ ਨਾਲ ਸੌਣ ਦਾ ਫੈਸ਼ਨ ਵੀ ਅਤੇ ਝੂਠ ਬੋਲਣ ਦਾ ਰਿਵਾਜ਼ ਵੀ ਅਤੇ ਅੱਗੇ ਵੱਧਦੇ ਹਾਂ ਸੁਲਤਾਨ ਰਾਈ ਸਾਹਿਬ ਦੀ ਚੌਥੀ ਫਿਲਮ ਦੇ ਬਾਰੇ ਜੀ ਗੱਲ ਕਰਦੇ ਹਾਂ ਚੌਥੀ ਫਿਲਮ ਸੁਲਤਾਨ ਰਾਈ ਸਾਹਿਬ ਦੀ 1974 'ਚ ਆਈ ਫਿਲਮ ਜਿਹੜੀ ਸੀ ਨਾ ਉਹਦੇ ਵਿੱਚ ਸੁਲਤਾਨ ਰਾਈ ਸਾਹਿਬ ਨੇ ਆਲੀਆ ਦੇ ਬਾਪ ਦਾ ਕਿਰਦਾਰ ਅਦਾ ਕੀਤਾ ਜਿਹਦੇ ਵਿੱਚ ਉਹ ਆਲੀਆ ਦੇ ਗਮ ਦੇ ਵਿੱਚ ਰੋ ਰੋ ਕੇ ਫੌਤ ਹੋ ਜਾਂਦੇ ਆ ਅਤੇ ਇਸ ਫਿਲਮ ਦੇ ਜਿਹੜੇ ਹੀਰੋ ਸੀ ਉਹ ਸ਼ਾਹਿਦ ਸਾਹਿਬ ਸੀ ਇਹ ਵੀ ਬਲੈਕ ਐਂਡ ਵਾਈਟ ਮੂਵੀ ਆ ਅਤੇ ਇਹ ਵੀ ਤੁਹਾਨੂੰ ਯੂਟਿਊਬ 'ਤੇ ਮਿਲ ਜਾਏਗੀ ਅਤੇ ਬਹੁਤ ਹੀ ਸ਼ਾਨਦਾਰ ਮੂਵੀ ਹੈ ਸੁਲਤਾਨ ਰਾਈ ਸਾਹਿਬ ਦੀ ਤੁਸੀਂ ਇੱਕ ਵਾਰੀ ਇਹਨੂੰ ਵੀ ਨਜ਼ਰ ਮਾਰਨਾ ਕਿਉਂਕਿ ਸੁਲਤਾਨ ਰਾਈ ਸਾਹਿਬ ਜਿਹੜੇ ਨਾ ਉਹਨਾਂ ਦੀ ਸਮਝ ਸਾਨੂੰ ਹੋਣ ਆਈ ਹੈ ਕਿ ਉਹ ਵਾਕਈ ਇੱਕ ਲੀਜੈਂਡ ਅਦਾਕਾਰ ਸੀਗਾ ਅਤੇ ਉਹ ਬਹੁਤ ਹੀ ਆਲੀਸ਼ਾਨ ਕੰਮ ਕਰ ਗਿਆ ਇਹ ਕਹਿ ਲਓ ਕਿ ਸਾਡੇ ਕੋਲ ਇੱਕ ਹੀਰਾ ਸੀਗਾ ਜਿਹੜਾ ਅਸੀਂ ਖੋ ਬੈਠੇ ਹਾਂ ਅਗਰ ਤੁਸੀਂ ਉਹਦੀ ਕਦਰ ਨਹੀਂ ਕਰਦੇ ਨਾ ਤਾਂ ਮੈਂ ਕਹਿੰਦਾ ਕਿ ਤੁਸੀਂ ਇੰਡਸਟਰੀ ਫਿਲਮ ਇੰਡਸਟਰੀ ਵੇਖੀ ਕੋਈ ਨਹੀਂ ਗੀ ਬੰਦਾ ਮਰ ਜਾਏ ਤੇ ਦਿਲ ਨੂੰ ਸਬਰ ਆ ਜਾਂਦਾ ਹੈ ਪਰ ਮੇਰੀ ਆਸ ਤੇ ਹਾਲੇ ਵੀ ਨਹੀਂ ਟੁੱਟੀ ਇਹ ਚਾਰ ਫਿਲਮਾਂ ਜਿਹੜੀਆਂ ਸੀ ਮੈਂ ਤੁਹਾਨੂੰ ਦੱਸੀਆਂ ਇਹ ਤੇ ਸੀਗੀਆਂ ਜੀ ਬਲੈਕ ਐਂਡ ਵਾਈਟ ਉਦੋਂ ਸੁਲਤਾਨ ਰਾਈ ਸਾਹਿਬ ਜਿਹੜੇ ਨਾ ਉਹਨਾਂ ਦਾ ਹੀਰੋ ਦਾ ਕੋਈ ਚਾਂਸ ਨਹੀਂ ਸੀਗਾ ਮਤਲਬ ਇੱਕ ਸਾਈਡ ਵਾਲੇ ਰੋਲ ਕਰ ਰਹੇ ਸੀਗੇ ਵਾਲਦ ਦਾ ਕਰ ਲਿਆ ਭਰਾ ਦੇ ਕਰ ਲਿਆ ਇਸ ਤਰ੍ਹਾਂ ਦੇ ਰੋਲ ਸੀਗੇ ਜਾਂ ਕੋਈ ਹੋਰ ਐਕਸਟਰਾ ਦਾ ਰੋਲ ਕਰ ਲਿਆ ਲੇਕਿਨ ਇੱਕ ਫਿਲਮ ਬਾਪ ਦੇ ਕਿਰਦਾਰ 'ਚ ਉਹਨਾਂ ਨੇ ਉਦੋਂ ਕੀਤੀ ਜਦੋਂ ਉਹਨਾਂ ਦੇ ਉੱਤੇ ਫੁੱਲ ਅਰੂਜ ਸੀਗਾ 1994 ਦੇ ਵਿੱਚ 1994 'ਚ ਉਹਨਾਂ ਨੇ ਫਿਲਮ ਕੀਤੀ ਸੀ ਰਾਣੀ ਬੇਟੀ ਰਾਜ ਕਰੇਗੀ ਉਹਦੇ 'ਚ ਰੀਮਾ ਦੇ ਪਿਓ ਦਾ ਕਿਰਦਾਰ ਅਦਾ ਕੀਤਾ ਸੁਲਤਾਨ ਰਾਈ ਸਾਹਿਬ ਨੇ ਬਹੁਤ ਹੀ ਆਲੀਸ਼ਾਨ ਕਿਰਦਾਰ ਆ ਬਲੈਕ ਐਂਡ ਵਾਈਟ ਤੋਂ ਹਟ ਕੇ ਇੱਥੇ ਕਲਰ ਮੂਵੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਰਦਾਰ ਅਦਾ ਕੀਤਾ ਅਤੇ ਸੁਲਤਾਨ ਰਾਈ ਸਾਹਿਬ ਦੀ ਜਿਹੜੀ ਬੇਗਮ ਸੀ ਉਹਦਾ ਕਿਰਦਾਰ ਜਿਹੜਾ ਸੀ ਉਹ ਸ਼ਬਨਮ ਨੇ ਅਦਾ ਕੀਤਾ ਇਹ ਫਿਲਮ ਵੀ ਬੜੀ ਲਾਜਵਾਬ ਸੀਗੀ ਕੋਈ ਨਹੀਂ
मेरे दुश्मन ने। ते उम्मीद है कि आज दी थोड़ी जी जानकारी जिहड़ी तुहाडे लई मैं लै के आया ये तुहानू चंगी लगी होनी है। जे चंगी लगी है तो वीडियो नू लाइक भी कर दिओ, शेयर भी कर दिओ, तो सुल्तान अली साहब वास्ते ना दुआ भी जरूर करनी है। तो कोई अल्फाज जिहड़े तुहाडे कोल आ वह भी जरूर लिखने, ये नाल ही मैनू इजाजत दिओ। अल्लाह हाफिज़।